ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਭਗਵੰਤ ਮਾਨ ਜੀ ਸਰਕਾਰ ਦੀ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹ ਸਕੂਲਾਂ ਵੱਲ ਇੰਨਾ ਧਿਆਨ ਦੇ ਰਹੇ ਨੇ ਸਾਡੀ ਐਜੂਕੇਸ਼ਨ ਦੇ ਉੱਪਰ। ਜਿਸ ਵੀ ਪੱਖ ਤੋਂ ਮਤਲਬ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ। ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ, ਜੋ ਕਿ ਕਈ ਸਹੂਲਤਾਂ ਇਹੋ ਜਿਹੀਆਂ ਜਿਹੜੇ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਨਹੀਂ ਹੈ। ਇੰਕਲੂਡਡ ਨੇ ਸਾਡੇ ਜਿੰਨੇ ਵੀ ਕੋਰੀਡੋਰਸ ਨੇ ਸਾਰਿਆਂ ਦੇ ਵਿੱਚ ਕੈਮਰੇ ਲੱਗੇ ਹੋਏ ਨੇ। ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਸਕੂਲ ਦੀਆਂ ਗਰਾਊਂਡਸ ਨੇ ਜਾਂ ਸਾਡੀ ਅਸੈਂਬਲੀ ਗਰਾਊਂਡ ਹੈ ਔਰ ਕੋਈ ਵੀ ਕੋਨਾ ਜਾਂ ਜਿੱਥੇ ਜਿੱਥੇ ਸਾਡੀ ਚਾਰ ਦੀਵਾਰੀ ਹੈ, ਉਹ ਸਾਰਿਆਂ ਦੀ ਕਵਰੇਜ ਸਾਡੇ ਸਕੂਲ ਦੇ ਵਿੱਚ ਕੈਮਰਿਆਂ ਨਾਲ ਹੋ ਰਹੀ ਹੈ। ਐਜੂਕੇਸ਼ਨ ਦੇ ਵਿੱਚ ਲੈ ਆਈਏ ਤਾਂ ਬਹੁਤ ਵੱਡਾ ਸੁਧਾਰ ਹੁੰਦਾ। ਜਿਵੇਂ ਕਈ ਵਾਰ ਬੱਚੇ ਕਈ ਸਕੂਲ ਦੇ ਵਿੱਚ ਸਵੇਰੇ ਸਵੇਰੇ ਆਉਂਦੇ ਸੀਗੇ ਔਰ ਸਕੂਲ ਦੇ ਵਿੱਚੋਂ ਭੱਜ ਵੀ ਜਾਂਦੇ ਸੀਗੇ, ਕਿਉਂਕਿ ਪਹਿਲਾਂ ਨਾ ਤਾਂ ਸਿਕਿਉਰਿਟੀ ਗਾਰਡ ਸੀ ਔਰ ਨਾ ਹੀ ਕੈਮਰੇ ਸੀ, ਔਰ ਜੇ ਹੈਗੇ ਸੀ ਤਾਂ ਬਹੁਤ ਥੋੜ੍ਹੇ ਕੈਮਰੇ ਸਾਡੇ ਕੋਲ ਸੀਗੇ। ਅਤੇ ਸਿਕਿਉਰਿਟੀ ਗਾਰਡਸ ਦੇ ਜਿਹੜੀ ਇੰਟਰੋਡਕਸ਼ਨ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ, ਇਹਦੇ ਨਾਲ ਬਹੁਤ ਜ਼ਿਆਦਾ ਸਾਨੂੰ ਸਕੂਲਾਂ ਨੂੰ ਫਾਇਦਾ ਹੋਇਆ। ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਹੀ ਨੇਕ ਉਪਰਾਲਾ ਜੋ ਸ਼ੁਰੂ ਕੀਤਾ ਗਿਆ ਕਿ ਜੋ 28 ਫਰਵਰੀ ਤੱਕ ਦਾ ਅਲਟੀਮੇਟਮ ਦੇ ਦਿੱਤਾ ਗਿਆ ਕਿ ਜੋ ਪੰਜਾਬ ਦੇ ਜਿਹੜੇ ਸਾਰੇ ਸਕੂਲ ਹੈਗੇ ਨੇ, ਸਰਕਾਰੀ ਸਕੂਲ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚ 20,000 ਦੇ ਕਰੀਬ ਜੋ ਕੈਮਰੇ ਇੰਸਟਾਲ ਕੀਤੇ ਜਾਣੇ ਨੇ। ਪਰ ਅੱਜ ਅਸੀਂ ਜਿਸ ਸਕੂਲ ਦੇ ਵਿੱਚ ਮੌਜੂਦ ਹੈਗੇ ਹਾਂ, ਸਕੂਲ ਆਫ ਐਮੀਨੈਂਸ ਦੇ ਰਾਹੀਂ ਜੇ ਗੱਲ ਕਰ ਲਈਏ ਤਾਂ ਅੰਮ੍ਰਿਤਸਰ ਦਾ ਪਹਿਲਾ ਸਕੂਲ ਹੈਗਾ ਜਿੱਥੇ ਜੋ ਪੰਜਾਬ ਦੇ ਮੁੱਖ ਮੰਤਰੀ ਜੋ ਆ ਖੁਦ ਆਪ ਵੀ ਜਿਹੜੇ ਇੱਥੇ ਆਏ ਸਨ ਜੋ ਇਸ ਸਕੂਲ ਦੇ ਜੋ ਉਦਘਾਟਨ ਕਰਨ ਵਾਸਤੇ, ਤਾਂ ਇਸ ਸਕੂਲ ਦੇ ਵਿੱਚ ਕਈ ਕੈਮਰੇ ਜੋ ਲੱਗ ਵੀ ਚੁੱਕੇ ਨੇ, ਤਾਂ ਉਹ ਸਾਰੀ ਚੀਜ਼ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹ ਕੈਮਰਿਆਂ ਦੀ ਨਿਗਰਾਨੀ ਜੋ ਆ ਬੱਚਿਆਂ ਦੇ ਉੱਤੇ ਕਿਵੇਂ ਕੀਤੀ ਜਾਂਦੀ ਆ, ਸਕੂਲ ਦੇ ਵਿੱਚ ਟੀਚਰ ਦੀ ਨਿਗਰਾਨੀ ਵੀ ਹੁੰਦੀ ਆ, ਤਾਂ ਕੀ ਕੁਛ ਚੀਜ਼ ਦਾ ਫਾਇਦਾ ਹੈਗਾ, ਇਹਨੂੰ ਕਿਸ ਤਰੀਕੇ ਦੇ ਨਾਲ ਸਾਰਾ ਹੋਲਡ ਕਰਦੇ ਨੇ। ਸਾਡੇ ਨਾਲ ਸਕੂਲ ਦੇ ਜੋ ਮੈਮ ਹੈਗੇ ਨੇ, ਪ੍ਰਿੰਸੀਪਲ ਮੈਮ ਮੌਜੂਦ ਨੇ, ਮਨਮੀਤ ਮੈਮ, ਤਾਂ ਮੈਮ ਸਭ ਤੋਂ ਪਹਿਲਾਂ ਤਾਂ ਇਹਨਾਂ ਕੈਮਰਿਆਂ ਦੇ ਲੱਗਣ ਦੇ ਨਾਲ ਕੀ ਕੁਛ ਫਾਇਦੇ ਹੋਏ ਨੇ, ਕੀ ਕੁਛ ਫਾਇਦੇ ਮਿਲੇ ਨੇ? ਬਿਲਕੁਲ, ਬਹੁਤ ਫਾਇਦਾ ਹੋਇਆ। ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਭਗਵੰਤ ਮਾਨ ਜੀ ਸਰਕਾਰ ਦੀ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹ ਸਕੂਲਾਂ ਵੱਲ ਇੰਨਾ ਧਿਆਨ ਦੇ ਰਹੇ ਨੇ ਸਾਡੀ ਐਜੂਕੇਸ਼ਨ ਦੇ ਉੱਪਰ। ਜਿਸ ਵੀ ਪੱਖ ਤੋਂ ਮਤਲਬ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ। ਜਿਵੇਂ ਕਿ ਸਾਡਾ ਪਹਿਲਾ ਸਕੂਲ ਆਫ ਐਮੀਨੈਂਸ ਬਣਿਆ ਪੰਜਾਬ ਦਾ ਔਰ ਸਾਡੇ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ, ਜੋ ਕਿ ਕਈ ਸਹੂਲਤਾਂ ਇਹੋ ਜਿਹੀਆਂ ਜਿਹੜੀਆਂ ਪ੍ਰਾਈਵੇਟ ਸਕੂਲਸ ਦੇ ਵਿੱਚ ਵੀ ਨਹੀਂ ਹੈਗੀਆਂ। ਉਹਨਾਂ ਵਿੱਚੋਂ ਸਭ ਤੋਂ ਵੱਡੀ ਜਿਹੜੀ ਸਾਨੂੰ ਸਹੂਲਤ ਮਿਲੀ ਹੈ ਉਹਦੇ ਵਿੱਚ ਕੈਮਰੇ ਇੰਕਲੂਡਡ ਨੇ ਸਾਡੇ ਜਿੰਨੇ ਵੀ ਕੋਰੀਡੋਰਸ ਨੇ ਸਾਰਿਆਂ ਦੇ ਵਿੱਚ ਕੈਮਰੇ ਲੱਗੇ ਹੋਏ ਨੇ। ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਸਕੂਲ ਦੀਆਂ ਗਰਾਊਂਡਸ ਨੇ ਜਾਂ ਸਾਡੀ ਅਸੈਂਬਲੀ ਗਰਾਊਂਡ ਹੈ ਔਰ ਕੋਈ ਵੀ ਕੋਨਾ ਜਾਂ ਜਿੱਥੇ ਜਿੱਥੇ ਸਾਡੀ ਚਾਰ ਦੀਵਾਰੀ ਹੈ, ਉਹ ਸਾਰਿਆਂ ਦੀ ਕਵਰੇਜ ਸਾਡੇ ਸਕੂਲ ਦੇ ਵਿੱਚ ਕੈਮਰਿਆਂ ਨਾਲ ਹੋ ਰਹੀ ਹੈ। ਖਾਸ ਤੌਰ ਦੇ ਉੱਤੇ ਜੇਕਰ ਗੱਲ ਕਰ ਲਈਏ ਕਿ ਪਹਿਲਾਂ ਜੋ ਸਰਕਾਰੀ ਸਕੂਲ ਹੁੰਦੇ ਸਨ, ਜੇਕਰ ਪਹਿਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਤਾਂ ਇਸ ਤਰੀਕੇ ਦਾ ਇਨਫਰਾਸਟ੍ਰਕਚਰ ਨਹੀਂ ਸੀ ਵੇਖਣ ਨੂੰ ਮਿਲਦਾ, ਤਾਂ ਇਹਨਾਂ ਕੈਮਰੇ ਦੇ ਨਾਲ ਹੋਰ ਕੀ ਕੁਛ ਬਚਾਅ, ਕਿਉਂਕਿ ਪਹਿਲਾਂ ਵੇਖਿਆ ਜਾਂਦਾ ਸੀ ਕਿ ਸਕੂਲ ਦੇ ਵਿੱਚ ਚੋਰੀਆਂ ਵੀ ਹੁੰਦੀਆਂ ਸਨ, ਤਾਂ ਕੈਮਰੇ ਲੱਗਣ ਦੇ ਨਾਲ ਇਹ ਚੀਜ਼ ਦਾ ਵੀ ਬਚਾਅ ਹੈਗਾ? ਬਿਲਕੁਲ, ਜਿਵੇਂ ਟੈਕਨੋਲੋਜੀ ਦਾ ਜ਼ਮਾਨਾ ਹੈ, ਇਹਦੇ ਵਿੱਚ ਜੇ ਅਸੀਂ ਟੈਕਨੋਲੋਜੀ ਨੂੰ ਐਜੂਕੇਸ਼ਨ ਦੇ ਵਿੱਚ ਲੈ ਆਈਏ ਤਾਂ ਬਹੁਤ ਵੱਡਾ ਸੁਧਾਰ ਹੁੰਦਾ। ਜਿਵੇਂ ਕਈ ਵਾਰ ਬੱਚੇ ਕਈ ਸਕੂਲ ਦੇ ਵਿੱਚ ਸਵੇਰੇ ਸਵੇਰੇ ਆਉਂਦੇ ਸੀਗੇ ਔਰ ਸਕੂਲ ਦੇ ਵਿੱਚੋਂ ਭੱਜ ਵੀ ਜਾਂਦੇ ਸੀਗੇ, ਕਿਉਂਕਿ ਪਹਿਲਾਂ ਨਾ ਤਾਂ ਸਿਕਿਉਰਿਟੀ ਗਾਰਡ ਸੀ ਔਰ ਨਾ ਹੀ ਕੈਮਰੇ ਸੀ, ਔਰ ਜੇ ਹੈਗੇ ਸੀ ਤਾਂ ਬਹੁਤ ਥੋੜ੍ਹੇ ਕੈਮਰੇ ਸਾਡੇ ਕੋਲ ਸੀਗੇ। ਅਤੇ ਸਿਕਿਉਰਿਟੀ ਗਾਰਡਸ ਦੇ ਜਿਹੜੀ ਇੰਟਰੋਡਕਸ਼ਨ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ, ਇਹਦੇ ਨਾਲ ਬਹੁਤ ਜ਼ਿਆਦਾ ਸਾਨੂੰ ਸਕੂਲਾਂ ਨੂੰ ਫਾਇਦਾ ਹੋਇਆ,
ਕਿਉਂਕਿ ਉਹ ਬੱਚਿਆਂ ਦੇ ਬਾਹਰ ਘੁੰਮਣ ਫਿਰਨ ਤੇ ਜਾਂ ਜੇ ਕੋਈ ਆਊਟਸਾਈਡਰ ਆਉਂਦਾ ਉਹਦੇ ਤੇ ਨਿਗਰਾਨੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਵਾਰ ਸਕੂਲਾਂ ਦੇ ਵਿੱਚ ਮਿਡ ਡੇ ਮੀਲ ਦੇ ਜਿਹੜੇ ਸਾਡੇ ਕਣਕ ਚਾਵਲ ਜਾਂ ਗੈਸ ਸਿਲੰਡਰ ਹੁੰਦੇ ਸੀ ਜਾਂ ਫਿਰ ਕੰਪਿਊਟਰ ਲੈਬਸ ਦੇ ਵਿੱਚ ਕੰਪਿਊਟਰਸ ਹੁੰਦੇ ਸੀ ਉਹਨਾਂ ਦੇ ਬਹੁਤ ਚੋਰੀਆਂ ਹੁੰਦੀਆਂ ਸੀ। ਇਹ ਕੈਮਰਿਆਂ ਦੇ ਲੱਗਣ ਦੇ ਨਾਲ ਕਿਉਂਕਿ ਬਿਲਕੁਲ ਮੇਨ ਗੇਟ ਤੇ ਸਾਡੇ ਦੋਨਾਂ ਗੇਟਸ ਦੇ ਉੱਤੇ ਕੈਮਰੇ ਨੇ ਤੇ ਇਹ ਚੋਰੀ ਨੂੰ ਬਹੁਤ ਜ਼ਿਆਦਾ ਠੱਲ ਪਈ ਆ ਕਿਉਂਕਿ ਜਦੋਂ ਛੁੱਟੀ ਹੋ ਜਾਂਦੀ ਸੀ ਉਸ ਤੋਂ ਬਾਅਦ ਕਾਫੀ ਜ਼ਿਆਦਾ ਕਈ ਵਾਰ ਚੋਰੀਆਂ ਹੋ ਜਾਂਦੀਆਂ ਸੀ। ਔਰ ਜਿਹੜੇ ਬੱਚੇ ਆ ਜਿਵੇਂ ਉਹ ਘਰੋਂ ਆ ਜਾਂਦੇ ਸੀ ਜਾਂ ਸਕੂਲ ਨਹੀਂ ਵੜਦੇ ਸੀ ਬਾਹਰ ਹੀ ਘੁੰਮਦੇ ਰਹਿੰਦੇ ਸੀ ਉਹਦਾ ਵੀ ਜਿਹੜਾ ਹੈ ਕਾਫੀ ਠੱਲ ਪਈ ਹੈ। ਤੇ ਜਿਹੜੇ ਕੋਰੀਡੋਰਸ ਦੇ ਵਿੱਚ ਜਾਂ ਸਾਡੇ ਗਰਾਊਂਡਸ ਦੇ ਵਿੱਚ ਲੱਗੇ ਹੋਏ ਕੈਮਰੇ ਨੇ ਉਹਦੇ ਨਾਲ ਜਿਹੜੀ ਬੱਚਿਆਂ ਦੀ ਪੜ੍ਹਾਈ ਹੋਰ ਬਿਹਤਰ ਹੋ ਗਈ ਹੈ। ਕੋਈ ਵੀ ਬੱਚਾ ਜਿਹੜਾ ਮੈਨੂੰ ਆਫਿਸ ਦੇ ਵਿੱਚੋਂ ਪਤਾ ਲੱਗ ਜਾਂਦਾ ਕਿ ਕਿਹੜੇ ਕੋਰੀਡੋਰ ਦੇ ਵਿੱਚ ਬੱਚੇ ਘੁੰਮ ਰਹੇ ਨੇ ਜਾਂ ਵਾਟਰ ਪੁਆਇੰਟਸ ਦੇ ਉੱਤੇ ਜ਼ਿਆਦਾ ਖੜੇ ਨੇ ਜਾਂ ਇੱਧਰ ਉੱਧਰ ਘੁੰਮ ਰਹੇ ਕੈਂਟੀਨ 'ਤੇ ਚਲੇ ਗਏ ਨੇ। ਸੋ ਆਫਿਸ ਦੇ ਵਿੱਚੋਂ ਹੀ ਸਾਰਾ ਕੰਟਰੋਲ ਜਿਹੜਾ ਉਹ ਹੋ ਜਾਂਦਾ। ਅਤੇ ਇਸ ਤੋਂ ਇਲਾਵਾ ਜਿਵੇਂ ਸਾਡੇ ਸਕੂਲ ਦੇ ਵਿੱਚ ਬ੍ਰੌਡਕਾਸਟ ਸਿਸਟਮ ਲੱਗਾ ਹੋਇਆ ਕੋਈ ਵੀ ਅਨਾਊਂਸਮੈਂਟ ਹੈ ਜਿਹੜੀ ਉਹ ਮੈਂ ਆਫਿਸ ਦੇ ਵਿੱਚੋਂ ਹੀ ਕਰ ਲੈਂਦੀ ਹਾਂ ਕਿ ਮੈਨੂੰ ਜ਼ਰੂਰੀ ਨਹੀਂ ਕਿ ਹਰ ਪੀਰੀਅਡ ਦੇ ਵਿੱਚ ਮੈਂ ਜਾ ਕੇ ਘੁੰਮ ਕੇ ਦੇਖਾਂ ਕਿ ਮੇਰੇ ਸਕੂਲ ਦੇ ਵਿੱਚ ਕੀ ਹੋ ਰਿਹਾ। ਸੋ ਇਹ ਟੈਕਨੋਲੋਜੀ ਜਿਹੜੀ ਸਾਨੂੰ ਮਿਲੀ ਹੈ ਇਹਦੇ ਨਾਲ ਪ੍ਰਿੰਸੀਪਲ ਦਾ ਕੰਮ ਬਹੁਤ ਜਿਹੜਾ ਹੈ ਸੁਖਾਲਾ ਹੋ ਗਿਆ ਕਿ ਨਿਗਰਾਨੀ ਸਾਰੇ ਸਕੂਲ ਦੇ ਉੱਤੇ ਇੱਕ ਕਮਰੇ ਦੇ ਵਿੱਚ ਬੈਠ ਕੇ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਨਾਲ ਕਿਉਂਕਿ ਇਹ ਪਹਿਲੀ ਵਾਰੀ ਹੋਊਗਾ ਕਿ ਇਸ ਦੇ ਵਿੱਚ ਇਹ ਵੀ ਲਿਖਿਆ ਗਿਆ ਕਿਹਾ ਗਿਆ ਸਰਕਾਰ ਵੱਲੋਂ ਕਿ ਜਿਹੜੀਆਂ ਕਲਾਸਰੂਮਸ ਹੈਗੇ ਨੇ ਉਹਨਾਂ ਦੇ ਵਿੱਚ ਵੀ ਕੈਮਰੇ ਲੱਗਣਗੇ ਤਾਂ ਬੱਚੇ ਜਿਹੜੇ ਆ ਕੈਮਰੇ ਹੇਠ ਜੋ ਪੜ੍ਹਦੇ ਦਿਖਾਈ ਦੇਣਗੇ ਤਾਂ ਕਿੰਨੀ ਕੁ ਵਧੀਆ ਗੱਲ ਹੈ ਕਿਉਂਕਿ ਅਕਸਰ ਵੇਖਿਆ ਜਾਂਦਾ ਸੀਗਾ ਪਹਿਲਾਂ ਕਿ ਕਈ ਵਾਰ ਅਧਿਆਪਕ ਵੀ ਨਹੀਂ ਸੀ ਪਹੁੰਚਦੇ ਹੁੰਦੇ ਕਲਾਸਾਂ ਦੇ ਵਿੱਚ ਤਾਂ ਹੁਣ ਕਿੰਨੀ ਕੁ ਨਿਗਰਾਨੀ ਕਿਉਂਕਿ ਜਿਹੜਾ ਮੇਨ ਸਕੂਲ ਦਾ ਪ੍ਰਿੰਸੀਪਲ ਹੁੰਦਾ ਪ੍ਰਿੰਸੀਪਲ ਤੇ ਕਾਫੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪੂਰੇ ਸਕੂਲ ਦੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਕਿਵੇਂ ਵੇਖਦੇ ਹੋ ਕਿ ਅਧਿਆਪਕਾਂ ਦੇ ਉੱਤੇ ਵੀ ਨਿਗਾਹ ਰਹੇਗੀ ਇਸ ਦੇ ਨਾਲ ਨਾਲ ਕਿਉਂਕਿ ਕਲਾਸ ਦੇ ਵਿੱਚ ਕੈਮਰੇ ਲੱਗਣਗੇ? ਬਿਲਕੁਲ, ਜੇ ਕਲਾਸਿਸ ਦੇ ਵਿੱਚ ਕੈਮਰੇ ਲੱਗਣਗੇ ਤਾਂ ਮਤਲਬ ਪ੍ਰਿੰਸੀਪਲ ਆਪਣੇ ਆਫਿਸ ਦੇ ਵਿੱਚੋਂ ਬੈਠ ਕੇ ਦੇਖ ਸਕਦਾ ਕਿ ਉਸ ਸਕੂਲ ਦੀਆਂ ਸਾਰੀਆਂ ਕਲਾਸਿਸ ਲੱਗ ਰਹੀਆਂ ਨੇ, ਟੀਚਰ ਅਧਿਆਪਕ ਆਪਣੇ ਕਲਾਸਿਸ 'ਚ ਪਹੁੰਚੇ ਹੋਏ ਨੇ, ਉਹ ਪੜ੍ਹਾ ਰਹੇ ਨੇ। ਈਵਨ ਆਪਾਂ ਜਦੋਂ ਬੱਚੇ ਕੈਮਰੇ ਦੇ ਵਿੱਚ ਦਿਖਾਈ ਦੇਣਗੇ ਜਾਂ ਟੀਚਰ ਦਿਖਾਈ ਦੇਣਗੇ ਬਹੁਤ ਸਾਰਾ ਮਤਲਬ ਪਤਾ ਲੱਗ ਜਾਂਦਾ ਕਿ ਟੀਚਰ ਕਿਸ ਤਰੀਕੇ ਦੇ ਨਾਲ ਪੜ੍ਹਾ ਰਿਹਾ। ਜਿਵੇਂ ਅਸੀਂ ਰਾਉਂਡ ਵੀ ਲਗਾਉਂਦੇ ਹਾਂ, ਜ਼ਰੂਰੀ ਨਹੀਂ ਹੁੰਦਾ ਕਿ ਹਰ ਕਲਾਸ ਦੇ ਵਿੱਚ ਜਾ ਕੇ ਅਸੀਂ ਦੇਖੀਏ ਕਿ ਟੀਚਰ ਚੰਗਾ ਪੜ੍ਹਾ ਰਿਹਾ ਕਿ ਨਹੀਂ, ਉਹ ਰਾਉਂਡ ਲਗਾਉਂਦੇ ਹੀ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਹੀ ਜੇ ਕੈਮਰੇ ਦੇ ਵਿੱਚੋਂ ਅਸੀਂ ਦੇਖਾਂਗੇ ਫੇਸ ਐਕਸਪ੍ਰੈਸ਼ਨ ਟੀਚਰ ਦਾ, ਬੱਚਿਆਂ ਦਾ ਫੇਸ ਐਕਸਪ੍ਰੈਸ਼ਨ ਆਏਗਾ ਔਰ ਬੱਚਿਆਂ ਦੇ ਵਿੱਚ ਡਰ ਵੀ ਰਹੇਗਾ, ਬੱਚਿਆਂ ਦੇ ਵਿੱਚ ਵੀ ਟੀਚਰਸ ਦੇ ਵਿੱਚ ਕਿ ਸਾਡੀ ਨਿਗਰਾਨੀ ਹੋ ਰਹੀ ਹੈ। ਸੋ ਜਿਹੜੇ ਕੈਮਰੇ ਨੇ ਇੱਕ ਬਹੁਤ ਵਧੀਆ ਸਹੂਲਤ ਜਿਹੜੀ ਪੰਜਾਬ ਸਰਕਾਰ ਨੇ ਸਾਨੂੰ ਦਿੱਤੀ ਹੈ, ਪ੍ਰਿੰਸੀਪਲ ਲਈ ਇਹ ਬਹੁਤ ਮਤਲਬ ਫਾਇਦੇਮੰਦ ਹੋ ਰਹੀ ਹੈ। ਜਦੋਂ ਕਲਾਸ ਦੇ ਵਿੱਚ ਕੈਮਰੇ ਲੱਗਣਗੇ ਕਿਉਂਕਿ ਅਕਸਰ ਵੇਖਿਆ ਜਾਂਦਾ ਸੀਗਾ ਕਿ ਬੱਚੇ ਕਲਾਸ ਚੋਂ ਬੰਕ ਵੀ ਮਾਰਦੇ ਸੀਗੇ, ਕੋਈ ਲੈਕਚਰ ਆਪਣਾ ਜਾਂ ਕੋਈ ਕਲਾਸ ਦਾ ਕੋਈ ਪੀਰੀਅਡ ਨਹੀਂ ਵੀ ਲਗਾਉਂਦੇ ਸੀਗੇ ਕਈ ਵਾਰ ਪਹਿਲੇ ਸਮੇਂ ਦੇ ਵਿੱਚ ਕਾਫੀ ਵਾਰ ਵੇਖਿਆ ਗਿਆ, ਤਾਂ ਉਸ ਚੀਜ਼ ਦੇ ਉੱਤੇ ਵੀ ਖਾਸ ਤੌਰ ਤੇ ਝਾਤ ਪਾਈ ਜਾਏਗੀ ਕਿਉਂਕਿ ਪਹਿਲੀ ਵਾਰ ਹੋਏਗਾ ਅਗਰ ਕੋਈ ਇਗਜ਼ਾਮ ਆਉਂਦਾ ਤਾਂ ਕੈਮਰੇ ਹੇਠ ਸਰਕਾਰੀ ਸਕੂਲ ਦੇ ਵਿੱਚ ਵਿਸ਼ੇਸ਼ ਕਰਕੇ ਕੈਮਰੇ ਹੇਠ ਬਹਿ ਕੇ ਬੱਚਿਆਂ ਵੱਲੋਂ ਇਗਜ਼ਾਮ ਵੀ ਦਿੱਤੇ ਜਾਣਗੇ? ਬਿਲਕੁਲ, ਇਹਦੇ ਵਿੱਚ ਇੱਕ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੱਚੇ ਬੰਕ ਕਰ ਲੈਂਦੇ ਆ, ਕਈ ਵਾਰ ਬੱਚੇ ਕੀ ਕਰਦੇ ਆ ਕਿ ਟੀਚਰ ਨੂੰ ਪੁੱਛਦੇ ਅਸੀਂ ਪਾਣੀ ਪੀ ਆਈਏ ਜਾਂ ਵਾਸ਼ਰੂਮ ਜਾ ਆਈਏ, ਤੇ ਉਹ ਕਈ ਵਾਰ ਕਲਾਸ 'ਚ ਵਾਪਸ ਨਹੀਂ ਜਾਂਦੇ, ਦੂਸਰੇ ਟੀਚਰਸ ਨੂੰ ਪਤਾ ਨਹੀਂ ਹੁੰਦਾ ਕਿ ਕਿੰਨੇ ਬੱਚੇ ਸਵੇਰੇ ਆਏ ਸੀ। ਸੋ ਅਗਰ ਉਹਦੇ ਵਿੱਚ ਕੁਛ ਡੈਸਕ ਖਾਲੀ ਪਏ ਨੇ ਜਾਂ ਘੱਟ ਬੱਚੇ ਬੈਠੇ ਨੇ, ਉਹ ਸਾਨੂੰ ਪਤਾ ਲੱਗ ਜਾਏਗਾ ਕਿ ਬੱਚੇ ਜਿਹੜੇ ਹੈ ਉਹ ਕਲਾਸ ਤੋਂ ਬੰਕ ਕਰ ਰਹੇ ਨੇ, ਇੱਧਰ ਉੱਧਰ ਘੁੰਮ ਰਹੇ ਨੇ ਕਿਉਂਕਿ ਬਾਹਰ ਵੀ ਕੈਮਰੇ ਨੇ। ਇਸ ਤੋਂ ਇਲਾਵਾ ਜਿਹੜਾ ਐਗਜ਼ਾਮ ਦੇ ਦੌਰਾਨ ਅਗਰ ਕੈਮਰੇ ਦੇ ਅੰਡਰ ਬੱਚੇ ਪੇਪਰ ਦੇਣਗੇ ਤਾਂ ਉਹਦੇ ਨਾਲ ਵੀ ਬੱਚਿਆਂ ਦੇ ਵਿੱਚ ਜਿਹੜੀ ਨਕਲ ਮਾਰਨ ਦੀ ਕਈ ਵਾਰ ਬਿਰਤੀ ਹੁੰਦੀ ਹੈ ਉਹਨੂੰ ਵੀ ਠੱਲ ਪਏਗੀ।
ਜੀ ਬਿਲਕੁਲ, ਜਿਵੇਂ ਤੁਸੀਂ ਦੇਖਿਆ ਇਸ ਸਾਡੇ ਨਾਲ ਪ੍ਰਿੰਸੀਪਲ ਮੈਮ ਮਨਮੀਤ ਕੌਰ ਜੀ, ਤਾਂ ਉਹਨਾਂ ਵੱਲੋਂ ਇੱਕ ਕਾਫੀ ਜ਼ਿਆਦਾ ਝਾਤ ਜੋ ਬੱਚਿਆਂ ਦੇ ਉੱਤੇ ਜੇ ਕਹਿ ਲਈਏ ਕਿ ਸੀਸੀਟੀਵੀ ਕੈਮਰਾਜ਼ ਨੂੰ ਲੈ ਕੇ ਕੀ ਕੁਛ ਸਹੂਲਤ ਹੈ ਜੋ ਸਰਕਾਰ ਵੱਲੋਂ ਦਿੱਤੀ ਗਈ ਹੈ, ਅਤੇ ਆਉਣ ਵਾਲੇ ਕੁਛ ਹੀ ਸਮੇਂ ਦੇ ਵਿੱਚ ਕਿਉਂਕਿ ਬਹੁਤ ਹੀ ਘੱਟ ਟਾਈਮ ਦੇ ਵਿੱਚ ਜੋ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਜੋ ਇਸੇ ਤਰੀਕੇ ਦੇ ਨਾਲ ਜੋ ਸੀਸੀਟੀਵੀ ਕੈਮਰਾਜ਼ ਨੇ ਉਹ ਲਗਾਏ ਜਾਣਗੇ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਾ ਸੁਨਕ, ਜਗਬਾਣੀ ਟੀਵੀ, ਸ੍ਰੀ ਅੰਮ੍ਰਿਤਸਰ ਸਾਹਿਬ।